ਇਹ ਲੱਕੜੀਆਂ ਲਾਈਏ ਮਿਸਤਰੀ ਕੰਮ ਕਰਨਾ ਦੇ ਮਿਸਤਰੀਆਂ ਦਾ ਨੰਬਰ ਦਿੱਤੇ ਪਤਾ ਕਿੰਨੇ ਦੱਸਿਆ 5.5 ਅਤੇ ਇਹਨੇ ਨੰਬਰ ਦਿੱਤੇ ਦੱਸਿਆ 6 ਬੋਲਣਾ ਜੀ ਆਪਣਾ ਬੰਦਾ ਬੰਦੇ ਕੀ ਧੋਖਾ ਦਿੰਦਾ ਉਹ ਰਿਆਲਟੀ ਗੱਲ ਹੈ ਉਹਦੀਆਂ ਬਲੋਰ ਬੰਦਿਆਂ ਕੋਲ ਆਪਣਾ ਆਪਣੇ ਬੰਦੇ ਹੈ ਉਹ 20 ਰੁਪਏ ਗੁੱਥੀ ਮਹਿੰਗੀ ਲਾਈ ਗਈ ਜਾਂ ਉੱਥੋਂ ਅਸੀਂ ਸੀਮੈਂਟ ਦੀ ਗੁੱਥੀ ਮਿਲੀ ਮਹਿੰਗੀ ਲਿਸ਼ਕਾ ਦੀਆਂ ਬੋਰੀਆਂ ਹੈ ਉੱਪਰ ਤੱਕ ਚਲੋ ਉੱਪਰ ਤੱਕ ਪੂਰਾ ਨਜ਼ਾਰਾ ਤੁਸੀਂ ਆਉਣਾ ਅੱਜ ਦੇਖਣ ਵਾਸਤੇ ਅਗਲੀ ਦਿਨ ਦਾ ਇੱਥੇ ਮੰਦਰ ਹੈ ਉਹਦੇ ਘਰ ਵੀ ਲੱਗ ਗਏ ਨੇ ਤਾਂ ਉਹ ਆਉਂਦੇ ਇੱਥੇ ਮਹਾਰਾਜ ਜਨਾਬ ਹੁਣ ਤਾਂ ਆਉਣਾ ਹੀ ਆ ਹੁਣ ਚਾਰ ਜਵਾਕੇ ਬੜੇ ਝੋੜੇ ਪਏ ਰਹਿਣ ਤੇ ਆਖਦੇ ਕਿ ਝੋੜੇ ਰਹਿਣ ਦੇ ਰਹੀਆਂ ਕਿਉਂਕਿ ਬੜੇ ਤੇ ਜੈ ਸ਼ੰਕਰ ਦੋਸਤੋ ਜੈ ਸ਼੍ਰੀ ਰਾਮ ਕੀ ਹਾਲ ਚਾਲ ਉਮੀਦ ਕਰਦਾ ਕਿ ਸਾਰੇ ਠੀਕ ਠਾਕ ਹੋਣ ਤਾਂ ਤੁਸੀਂ ਸਾਰਾ ਦੇਖਿਆ ਲਾਸਟ ਬਲਾਕ ਆ ਸਕਦੇ ਇਹ ਕਾਲ ਹੈ ਕਾਲ ਆ ਜਿਹੜਾ ਪੱਲੀ ਵਿੱਚ ਪਾਉਂਦਾ ਇਲਾਕਾ ਇੱਕ ਤਾਂ ਉੱਥੇ ਅਸੀਂ ਉੱਪਰ ਗਏ ਉੱਪਰ ਇੱਕ ਨਿੱਕਾ ਦਾ ਮੰਦਰ ਆ ਮਾਤਾ ਰਾਣੀ ਦਾ ਬਣਿਆ ਨਹੀਂ ਮਾਤਾ ਤਾਂ ਉੱਥੇ ਸਾਡੀ ਟੀਮ ਨੇ ਕਾਲ ਲਾਈ ਸੀ ਪੂਰੀ ਆਈ ਆ ਉੱਥੇ ਟਾਇਲ ਵਗੈਰਾ ਉੱਪਰ ਜਗ੍ਹਾ ਉੱਪਰ ਥੋੜ੍ਹਾ ਕੰਮ ਆਸਾ ਉੱਥੇ ਹੋਰ ਵੀ ਕੀਤਾ ਹਾਂ ਅਤੇ ਬਾਕੀ ਥੋੜ੍ਹਾ ਜਿਹਾ ਕੰਮ ਸਾਰਾ ਉੱਥੇ ਬਜਦਾ ਵੀ ਆ ਔਰ ਸਾਡਾ ਕੀ ਕੰਮ ਬਜਦਾ ਉੱਥੇ ਤੁਸੀਂ ਸਾਡਾ ਬਲਾਕ 'ਚ ਬਣਦਾ ਰਹੀ ਹੋ ਤੁਸੀਂ ਲੱਗਿਆ ਨਾ ਪਤਾ ਉੱਪਰ ਇੱਥੇ ਹੋਰ ਵੀ ਹੈ ਇੱਥੇ ਇੱਕ ਟਾਵਰ ਦਾ ਖੰਭਾ ਵੀ ਹੈ ਇੱਥੇ ਲੱਗਦਾ ਅਤੇ ਇਹਦੇ ਪਹਿਲਾਂ ਇੱਥੇ ਟਾਵਰ ਖੰਭਾ ਕਿੱਕੇ ਸਿੱਕੇ ਸਾਹਿਬ ਹੈ ਅਤੇ ਉੱਥੇ ਥੋੜ੍ਹਾ ਜਿਹਾ ਸਾਡਾ ਕੰਮ ਰਹੀ ਦਾ ਮਤਲਬ ਵੀ ਥੋੜ੍ਹੀ ਸਫਾਈ ਕਰਨੀ ਉੱਥੇ ਅਸੀਂ ਕਰਨਾ ਇੱਕ ਇੱਧਰ ਦਾ ਵਿਊ ਹੈ ਅਤੇ ਇੱਥੇ ਦਰਬੜੀ ਜਾਂ ਕੁਛ ਬੜੀ ਸਹੀ ਇੱਥੇ ਡੰਗਰ ਵੀ ਕੁਛ ਚਰਾ ਦੇਣ ਸਾਹਮਣੇ ਉੱਪਰ ਤੁਸੀਂ ਦੇਖ ਰਹੇ ਸਾਹਮਣੇ ਉੱਪਰ ਇਹ ਹਿਲਦਾ ਬੜਾ ਯਾਰ ਸਾਹਮਣੇ ਉੱਪਰ ਦੋਸਤੋ ਇਹ ਟਾਵਰ ਦਾ ਖੰਭਾ ਇਹਦੇ ਕੰਨੇ ਉਹ ਹੋਦ ਬਣਦਾ ਅਤੇ ਇੱਥੇ ਮੰਦਰ ਹੈ ਠੀਕ ਹੈ ਇੱਕ ਗੱਲ ਦੋਸਤੋ ਹੋਰ ਵੀ ਹੈ ਕਿ ਪਹਿਲਾਂ ਉੱਥੇ ਨਾ ਮਤਲਬ ਉਹਦਾ ਬੰਦਾ ਲੱਗ ਗਿਆ ਵੀ ਪੁੱਛਦਾ ਨਹੀਂ ਪੌੜੀਆਂ ਲੱਗ ਗਿਆ ਤਾਂ ਵੀ ਨਾ ਲੱਗਦਾ ਪਤਾ ਕਿ ਉੱਪਰ ਮੰਦਰ ਹੈ ਕੀ ਹੈ ਉੱਪਰ ਬਟ ਇਸ ਵੇਲੇ ਕੀ ਹੈ ਕਿ ਦੂਰ ਦੇ ਨਜ਼ਰ ਪੈਂਦੀ ਹੈ ਰਖਲਾ ਨਾ ਜਿਹੜਾ ਰੋਡ ਹੈ ਪਲਣੀ ਦਾ ਉੱਥੋਂ ਨਜ਼ਰ ਪੈਂਦੀ ਉੱਪਰ ਕਿ ਉੱਪਰ ਕਿਸੇ ਚੀਜ਼ ਹੈ ਕਿਉਂਕਿ ਅਸੀਂ ਰਾਤੀ ਬੰਨੀਆਂ ਉਸ ਕਿਨਾਰੀਆਂ ਵਗੈਰਾ ਬੜੀਆਂ ਹਰੀਆਂ ਤਾਂ ਉੱਧਰ ਲਿਸ਼ਕਦੀਆਂ ਨਹੀਂ ਉਹ ਤਾਂ ਲੋਕ ਲੱਗਦਾ ਪਤਾ ਕਿ ਉੱਪਰ ਕਿਸੇ ਚੀਜ਼ ਹੈ ਤਾਂ ਪਹਿਲਾਂ ਲੋਕ ਜਿੱਥੇ ਜਿਹੜਾ ਉੱਪਰ ਹੀ ਇੱਕ ਉਹ ਹੋਦਾ ਇੱਥੇ ਜਾ ਬੰਦਾ ਤਾਂ ਨਾ ਲੱਗਦਾ ਪਤਾ ਕਿ ਇੱਥੇ ਮੰਦਰ ਹੈ ਕੀ ਹੈ ਇੱਥੇ ਪਰ ਹੁਣ ਲੱਗਦਾ ਪਤਾ ਬੰਦੇ ਕੀ ਹੈ ਹੁਣ ਦੂਰ ਮੰਦਰ ਤਾਂ ਲੱਗ ਗਿਆ ਸਾਈ ਦੀਆਂ ਦੋਸਤੋ ਤਾਂ ਕੱਲ੍ਹ ਅਸੀਂ ਇੱਥੇ ਲਾਈਆਂ ਮਾੜੀਆਂ ਬੋਟੀਆਂ ਆਪਣੀਆਂ ਕਿਨਾਰੀਆਂ ਵਗੈਰਾ ਤਾਂ ਲਿਸ਼ਕਾ ਦੀਆਂ ਬੋਰੀਆਂ ਹੈ ਉੱਪਰ ਤਾਂ ਚਲੋ ਉੱਪਰ ਤੱਕ ਪੂਰਾ ਨਜ਼ਾਰਾ ਤੁਸੀਂ ਆਉਣਾ ਅੱਜ ਦੇਖਣ ਵਾਸਤੇ ਹੁਣ ਤੋਂ ਥੋੜ੍ਹਾ ਕੀ ਹੈ ਕਿ ਅਸੀਂ ਕੱਲ੍ਹ ਮਾਈ ਪੁੱਟੀ ਸੀ ਅਤੇ ਮਾਜਾ ਉਹ ਦੰਦ ਦੀ ਲੂਹੇ ਦੀ ਮਾਜ ਕੱਲ੍ਹ ਮੈਂ ਕਿੱਲਾ ਝੜੀ ਪੂਰੀ ਚੌਂਦੀ ਨਾ ਹਮੇਸ਼ਾ ਪਰ ਭਾਰੀ ਬੜੀ ਹੈ ਪਰ ਭੀੜ ਚੁੱਕਿਆ ਅਸੀਂ ਇਹ ਮਾਜ ਲੱਗਦੀ ਥੈਗੜੀ ਕੋਈ ਇਹ ਮਾਜ ਤਾਂ ਇੱਥੇ ਪਿਆ ਇੱਥੇ ਰੇਕ ਵਾਲੇ ਪੈਦੀ ਕੋਈ ਟਾਈਮ ਬੜਾ ਹੋਈਦਾ ਨਾ ਭਾਰੀ ਬੜੀ ਹੈ ਅਤੇ ਇੱਧਰ ਦੋਸਤੋ ਮੰਦਰ ਸਾਡਾ ਇਹ ਸਾਹਮਣੇ ਉੱਪਰ ਇੱਥੋਂ ਕਹਿੰਦੀਆਂ ਪੌੜੀਆਂ ਉੱਪਰ ਅਤੇ ਲੱਗਦੀ ਉੱਪਰ ਕਿਨਾਰੀ ਪੂਰੀ ਇਹ ਦੇਖੋ ਮਜ਼ਾ ਪੂਰਾ ਚੱਲਣਾ ਪੌੜੀਆਂ ਤੁਸੀਂ ਆਉਂਦਾ ਲੱਗ ਗਿਆ ਕੀ ਇੱਥੇ ਹੋਰ ਕਿੱਥੇ ਦੱਸ ਇਹਨਾਂ ਦਾ ਕਸ ਲਾਉਣ ਦੀ ਕਿਨਾਰੀ ਵਗੈਰਾ ਇਹਨਾਂ ਦਾ ਕਰ ਅਤੇ ਇਹ ਸਾਡੇ 'ਚ ਖੰਭਾ ਲਾਇਆ ਬਾਰੇ ਟਾਈਮ ਬੜਾ ਹੋਈ ਆ ਤੇਰਾ ਕੋਈ ਬਾਰੇ ਤਾਂ ਜਿਹੜੀ ਹੈ ਨਹੀਂ ਜੜੀ ਵਗੈਰਾ ਇਹ ਰਹਿੰਦੀ ਆ ਪੁੱਟਣ ਰਹਿਣੀ ਕਿਉਂਕਿ ਟਾਈਮ ਬੜਾ ਹੋਈ ਆ ਸਾਡੇ ਨਾ ਖਾਲ ਦਰਾੜ ਵਗੈਰਾ ਅਤੇ ਉਹ ਮੈਂ ਰੱਖ ਦੇ ਕੇ ਚਲੋ ਅਸ ਬਾਈ ਆਈਏ ਅਸੀਂ ਪੁੱਟ ਗਏ ਸੀ ਜੜੀ ਵਗੈਰਾ ਘਾਹ ਵਗੈਰਾ ਬਾਕੀ ਜਿੰਦਾ ਇੱਥੇ ਮੰਦਰ ਹੈ ਉਹਦੇ ਘਰ ਵੀ ਲੱਗਣ ਲੱਗ ਗਏ ਨੇ ਤਾਂ ਉਹ ਆਉਂਦੇ ਇੱਥੇ ਮਾਰੇ ਜਨਾਬ ਹੁਣ ਤਾਂ ਆਉਣਾ ਹੀ ਆਉਣਾ ਪਹਿਲਾਂ ਨਾ ਆਉਂਦੇ ਨਹੀਂ ਪਹਿਲਾਂ ਤਾਂ ਸ਼ਾਇਦ ਪਤਾ ਨਹੀਂ ਕੀ ਵਾਰ ਹੁਣ ਤਾਂ ਆਉਣਾ ਹੀ ਆ ਹੁਣ ਇੱਥੇ ਆਉਣਾ ਹੀ ਹੈ ਹੁਣ ਕੋਈ ਵੀ ਆ ਸਕਦਾ ਮੰਦਰ ਕੋਈ ਨਾ ਹਾਂ ਮੰਦਰ ਤੁਸੀਂ ਕੋਈ ਵੀ ਆ ਸਕਦਾ ਕੋਈ ਸਿਸਟਮ ਨਹੀਂ ਹੈ ਜਿੰਨਾ ਮੰਦਰ ਹੈ ਉਹਦੇ ਘਰ ਦਾ ਸਿਆਣੇ ਵਾਲਾ ਬੇ ਬਜ਼ੁਰਗ ਸੀ ਉਹ ਆਖਦੇ ਕਿ ਪੌੜੀਆਂ ਵਿੱਚ ਵੀ ਟਾਇਲ ਹੈ ਪੌੜੀਆਂ ਦਾ ਕੀ ਕਰਨਾ ਹੈ ਮਹਾਰਾਜ ਤੂੰ ਦੱਸਣਾ ਜਿਹੜਾ ਉੱਪਰ ਹੋਈਆ ਹੋਈਆ ਪੌੜੀਆਂ ਹੁਣ ਤੁਹਾਡਾ ਫਰਜ਼ ਬਣਦਾ ਕਿ ਤੁਸੀਂ ਦੇਖ ਲਓ ਹੱਥ ਪਾਣੀ ਮਾੜਾ ਮੋਟਾ ਆਪਣਾ ਕੁਛ ਕਰੋ ਹੀ ਲਾ ਰਸਤਾ ਵਗੈਰਾ ਪੱਕਾ ਬਣਦਾ ਅੱਜ ਕੱਲ੍ਹ ਕੋਈ ਗੱਲ ਕੋਈ ਨਹੀਂ ਪਰ ਥੋੜ੍ਹੀ ਜਿਹੀ ਪਲੇਟ ਵਗੈਰਾ ਕਰੋ ਇੱਥੇ ਰਸਤਾ ਵਗੈਰਾ ਸ਼ਾਲ ਬਣਾਓ ਖੁੱਲ੍ਹਾ ਖੁੱਲ੍ਹਾ ਅਤੇ ਇਹ ਜਗ੍ਹਾ ਪੂਰੀ ਪੱਧਰੀ ਕਰਿਆ ਦੀ ਇਹ ਜਗ੍ਹਾ ਪੂਰੀ ਪੱਧਰੀ ਹੋਇਆ ਅਤੇ ਇੱਥੇ ਰੋਟੀ ਵਗੈਰਾ ਉੱਪਰ ਮਜ਼ੇ ਕਰਨੇ ਬਣੀ ਹੁੰਦੀ ਆਈਏ ਇਹ ਬਾ ਮਾਤਾ ਰਾਣੀ ਦਾ ਸਥਾਨ ਇੱਥੇ ਅਤੇ ਪਹਿਲਾਂ ਇੱਥੇ ਪਲਸਟਰ ਕੀਤਾ ਸੀ ਇਹਨੇ ਅਤੇ ਇਹਦੇ ਚਾਰ ਜਵਾਕੇ ਬੜੇ ਝੋੜੇ ਪਏ ਰਹਿਣ ਅਤੇ ਆਖਦੇ ਕਿ ਝੋੜੇ ਰਹਿਣ ਦੇ ਰਹੀਆਂ ਕਿਉਂਕਿ ਬਣਿਆ ਨਹੀਂ ਮਾਤਾ ਹੈ ਅਤੇ ਕੱਲ੍ਹ ਸਾਰੀ ਟੀਮ ਨੇ ਇੱਥੇ ਪੂਰੀ ਲਾਈ ਟਾਇਲ ਵਗੈਰਾ ਆਈ ਹੈ ਅਤੇ ਇੰਨਾ ਉਧਰੋਂ ਹੱਲੇ ਅਤੇ ਇੱਥੋਂ ਦਰਸ਼ਨ ਕਰੋ ਸਾਹਮਣੇ ਆ ਜਾਓ ਇੱਥੋਂ ਦਰਸ਼ਨ ਕਰੋ ਅਤੇ ਇੰਨਾ ਗੇਡੇ ਹੋਏ ਆਓ ਠੀਕ ਹੈ ਅਤੇ ਬਾਕੀ ਚਲੋ ਮਿਸਤਰੀ ਦਿਖਵਾ ਕਰ ਲਾ ਮਿਸਤਰੀ ਦਾ ਹਾਲ ਦੇਖੋ ਯਾਰ ਮਿਸਤਰੀ ਕੀ ਖਾਲਾ ਮਿਸਤਰੀ ਇੱਥੇ ਥੋੜ੍ਹਾ ਜਿਹਾ ਕੰਮ ਕਰਨੇ ਕਰੀ ਗਿਆ ਮਾੜਾ ਮੋਟਾ ਲਾਸਟ ਨੂੰ ਕਾਲ ਕਰੀ ਗਿਆ ਮਾੜਾ ਮੋਟਾ ਮਿਸਤਰੀ ਲਾਸਟ ਮੌਕੇ ਮੈਂ ਮਿਸਤਰੀ ਕਰੀ ਗਿਆ ਮਾੜਾ ਮੋਟਾ ਹਲ ਕਿਉਂਕਿ ਟਾਈਮ ਬੜਾ ਹੋਈਦਾ ਅਤੇ ਬਾਕੀ ਇੱਕ ਗੱਲ ਦੋਸਤੋ ਹੋਰ ਵੀ ਆਈ ਸਿਸਟਮ ਗੱਲ ਕੀ ਸੀ ਇਹ ਪੱਲਣੀ ਇੱਕ ਗਰਾਂ ਏਰੀਆ ਗਰਾਂ ਅਤੇ ਬਲੋਰ ਇੱਕ ਹਿਸਾਬੇ ਦਾ ਸੀ ਨਿਕਲੀ ਪੀਸਾ ਕਿ ਨਿੱਕੀ ਹੈ ਬਸ ਇਹ ਸਿਟੀ ਹੈ ਉੱਥੋਂ ਅਸੀਂ ਸੀਮੈਂਟ ਦੀ ਗੁੱਥੀ ਮਿਲੀ ਮਹਿੰਗੀ 20 ਰੁਪਏ ਗੁੱਥੀ ਅਸੀਂ ਮਹਿੰਗੀ ਮਿਲੀ ਅਤੇ ਪੱਲਣੇ ਅਸੀਂ ਗੁੱਥੀ 20 ਰੁਪਏ ਸਸਤੀ ਮਿਲੀ ਇੱਕ ਜਿਵੇਂ ਮੈਂ ਬੋਲਣਾ ਕਿ ਆਪਣਾ ਬੰਦਾ ਬੰਦੇ ਕੀ ਧੋਖਾ ਦਿੰਦਾ ਉਹ ਰਿਆਲਟੀ ਗੱਲ ਹੈ ਉਹਦੀਆਂ ਬਲੋਰ ਬੰਦਿਆਂ ਕੋਲ ਆਪਣਾ ਆਪਣੇ ਬੰਦੇ ਹੈ ਉਹ 20 ਰੁਪਏ ਗੁੱਥੀ ਮਹਿੰਗੀ ਲਾਈ ਗਈ ਤੇਰਾ ਨਾ ਰੱਬ ਹੁੰਦਾ ਅਤੇ ਲਿੰਦਾ ਵੀ ਉੱਗਿਆ ਬਾਪੂ ਕੋਈ ਸਿਸਟਮ ਨਹੀਂ ਪਹਿਲਾਂ ਆਪਣਾ ਕੰਮ ਕਰਨੇ ਪੂਰਾ ਸਫਾਈ ਕਰਨੇ ਅਸੀਂ ਇੱਥੇ ਭਰਾ ਹੋਰ ਲਾ ਦੇ ਗਰੂੜ ਅਤੇ ਹੱਥ ਸਾਡੇ ਕਾਲ ਹੋਈ ਫਿਲਹਾਲ ਅਸੀਂ ਲਾਉਣਿਆ ਮਾੜਾ ਮਾੜਾ ਹੱਥ ਅਤੇ ਮੈਂ ਤੁਸੀਂ ਕਿੰਨੇ ਨੰਬਰ ਦੇ ਗਏ ਮਿਸਤਰੀ ਕੇ ਕੰਮ ਕਰਨ ਦੇ ਜਨਾਬ ਦੱਸਿਆ 6 ਨੰਬਰ ਮੈਂ ਅੱਧਾ ਨੰਬਰ ਹੋਰ ਕੱਟ ਕਰ ਲਿਓ ਉਹ ਕਿਤੇ
ਉਹ ਕਹਿੰਦੇ ਦੇਖੋ ਹਾਂ ਤੂੰ ਉਸੇ ਪਤਾ ਕਿ ਸਰ ਛੇ ਟਾਇਲ ਬੜੀ ਹੈ ਬੜੇ ਸਾਰੇ ਟਾਇਲ ਪੇਸਟ ਵੀ ਹੋਈ ਉਹਨੇ ਬੜੀ ਪੇਸਟ ਕੀਤੀ ਬਜੀ ਵੀ ਬਾਪੇ ਦੇਖੋ ਇੱਥੇ ਸਾਨੂੰ ਦੂਜੀ ਟਾਇਲ ਕਿਆ ਲਾਈ ਉਹ ਨੱਸਣਾ ਚੱਕਰ 'ਚ ਪਈ ਦੇ ਨਹੀਂ ਬੰਦੇ ਉਹਨੇ ਆਹ ਟਾਈਮ ਬੜਾ ਹੋਈ ਗਿਆ ਟਾਈਮ ਬੜਾ ਹੋਈ ਗਿਆ ਹੈ ਨੀ ਉਹ ਚੱਕਰ ਹੁੰਦਾ ਹੈ ਲਾਸਟ ਮੌਕੇ ਪੀਸ ਇੱਕ ਜਗ੍ਹਾ ਖਾਲੀ ਰੱਖੀ ਆ ਉਹ ਪਈ ਡੰਡੀਆਂ ਇਹ ਡੰਡੀਆਂ ਸਾ ਪਤਾ ਇਹ ਡੰਡੀ ਅਸੀਂ ਇੱਥੋਂ ਕੱਢੀ ਇਹਦੇ ਵਿੱਚ ਆ ਅਤੇ ਇਹ ਲੱਕੜੀਆਂ ਲਾਈਏ ਮਿਸਤਰੀ ਕੰਮ ਕਰਨਾ ਦੇ ਮਿਸਤਰੀਆਂ ਅਸਾਂ ਨੰਬਰ ਦਿੱਤੇ ਪਤਾ ਕਿੰਨੇ ਦੱਸਿਆ 5.5 ਅਤੇ ਇਹਨੇ ਨੰਬਰ ਦਿੱਤੇ ਦੱਸਿਆ 6 ਅਤੇ ਬੇਸਿਕਲੀ ਸਿਸਟਮ ਕੀ ਹੈਗਾ ਸਾਲ ਹੋਇਆ ਬੰਦਾ ਕੰਮ ਸਿੱਖਦਾ ਅਤੇ ਅਸੀਂ ਉਸੀ ਇੱਕ ਗੱਲ ਬੋਲਿਆ ਮਿਸਤਰੀ ਭਰਾ ਥੋੜ੍ਹਾ ਕੰਮ ਹੋਰ ਸਿੱਖ ਲਿਓ 2-4 ਸਾਲ ਹੋਰ ਲੈ ਲਿਓ ਕਿਸੇ ਬੰਦੇ ਕਹਿੰਦੇ ਕਿਉਂਕਿ 1 ਸਾਲ 'ਚ ਕੋਈ ਬੰਦਾ ਕਦੇ ਟ੍ਰੇਨ ਨਹੀਂ ਹੁੰਦਾ ਫੁੱਲ ਟ੍ਰੇਨ ਜਾਂ ਕੰਮ ਸਿੱਖਦਾ ਬੰਦਾ ਮਾੜਾ ਮੋਟਾ ਪਰ 1 ਸਾਲ 'ਚ ਕਦੇ ਵੀ ਬੰਦਾ ਕੋਈ ਟ੍ਰੇਨ ਫੁੱਲ ਟ੍ਰੇਨ ਨਹੀਂ ਹੁੰਦਾ ਉਸੇ ਟਾਈਮ ਲੱਗਦਾ 2-3 ਸਾਲ ਉਹ 2 ਸਾਲ ਤੱਕ ਉਹਦਾ ਹੋਰ ਲੈ ਲਿਓ ਬੰਦੇ ਕਹਿੰਦੇ ਵੀ ਤੁਸੀਂ ਪੂਰਾ ਘੈਂਟ ਮਿਸਤਰੀ ਬਣਨਾ A-to-Z ਅਤੇ ਥੋੜ੍ਹਾ ਕੰਮ ਕਰਦੇ ਕਿਉਂਕਿ ਹੋਰ ਚੀਜ਼ ਵੀ ਹੈ ਥੋੜ੍ਹਾ ਹਲਕ ਘੱਟ ਕਰਨਾ ਮਾਰਿਆ ਤੁਸੀਂ ਹਲਕ ਬੜਾ ਕਰਿਆ ਦੇ ਲਾਸਟ ਮੌਕੇ ਤੁਸੀਂ ਆਖਦੇ ਚਲੋ ਚਲੋ ਟਾਈਮ ਹੋ ਗਿਆ ਚਲੋ ਚਲੋ ਟਾਈਮ ਹੋਈ ਆ ਠੇਕਰ ਕੰਮ ਕਰਿਆ ਦੇ ਥੋੜ੍ਹਾ ਫਰਜ਼ ਬਣਦਾ ਕੰਮ ਪੂਰਾ ਮਕਾਓ ਪੀ ਕਰੇ ਜਾਓ ਇਹ ਲਾ ਹੁੰਦਾ ਗਰੂਰ ਦੀ ਹੈ ਵੀ ਉਹਦਾ ਕੰਮ ਹਲਾਣੇ ਦਾ ਬੋਲਦਾ ਨਹੀਂ ਤੁਸੀਂ ਲਾਉਡ ਹੋ ਲਾਸਟ ਸਟਾਰਟਿੰਗ ਵਿੱਚ ਬੰਦਾ ਬੜਾ ਸਹੀ ਕੰਮ ਕੀਤਾ ਸ਼ੁਰੂ ਵਿੱਚ ਇਹ ਲਾਏ ਨਾ 5-6 ਪੀਸ ਲਾਏ ਪਹਿਲੇ ਜਿਹੜੇ ਬੜੇ ਘੈਂਟ ਪੀਸ ਲਾਏ ਉਹਨੇ ਬੰਦੇ ਹੀ ਆ ਪੂਰਾ ਪਿਆਰ ਨਾਲ ਕੰਮ ਕੀਤਾ ਜਿਹੜਾ ਸਾਈਕਲ ਦਾ ਕੰਮ ਕੀਤਾ ਉਹ ਦੇਖੋ ਉੱਪਰ ਇਹ ਲੱਗਦੀਆਂ ਉੱਪਰ ਸੀ ਕਿਨਾਰੀਆਂ ਵਗੈਰਾ ਇੱਥੇ ਲਾਈਟ ਵੀ ਦੋਸਤੋ ਹੈ ਇਹ ਲਾਈਟ ਜਗਦੀ ਪੂਰੀ A-to-Z ਕਲੀਅਰ ਕੱਟ ਲਾ ਤੇ ਲੈ ਹਨੇਰਾ ਹੁੰਦਾ ਨਹੀਂ ਤੇ ਲਾਈਟ ਜਗਦੀ ਵੀ ਹੈ ਅਤੇ ਚਲੋ ਅੱਛੀ ਗੱਲ ਹੈ ਲਾਈਟ ਜਗਦੀ ਵੀ ਅਤੇ ਖੰਭਾ ਵੀ ਵਾਰ ਇੱਥੇ ਤਾਰ ਨਹੀਂ ਹੈ ਖੰਭਾ ਇੱਥੇ ਤਾਰ ਪਿਆ ਉਹਦਾ ਤਾਰ ਪੁੱਜਦੀ ਇੱਥੇ ਤਾਂ ਮਾੜਾ ਮੋਟਾ ਕੰਮ ਇੱਥੇ ਬਜਦਾ ਸੜਾ ਲੈ ਤਾਂ ਕਿਤਾ ਭਰਾਣਾ ਹੀ ਹੈ ਬਸ ਹੁਣ ਜਾਣ ਲੱਗਿਆ ਇਹਨੇ ਇੰਨੀ ਜਣਾ ਆਪਣੇ ਘਰੇ ਅਤੇ ਮੈਂ ਜਾਣਾ ਆਪਣੇ ਘਰੇ ਆਏ ਦੋਸਤੋ ਬੜੀ ਭਾਰੀ ਮਾਜ ਹੈ 2 ਬੰਦ ਚੁੱਕੜਾ ਪਾਉਂਦੀ ਹੈ ਸੋ ਇੱਧਰ ਜਾਣੇ ਬਣਦੀਆਂ ਮੰਦਰ ਦੀਆਂ ਪੌੜੀਆਂ ਅਤੇ ਪੌੜੀਆਂ ਵੀ ਇੱਕ ਟਾਈਮ ਐਸਾ ਸੀ ਕਿ ਇੱਥੇ ਪੌੜੀਆਂ ਬਣਾਸੀ ਹੁੰਦੀਆਂ ਇੱਥੇ ਇੰਨਾ ਸ਼ੰਭ ਹੁੰਦਾ ਇੱਥੇ ਪਰ ਇੰਨੀ ਪੁਰਾਣੀ ਹਿੰਮਤ ਕੀਤੀ ਸੀ 1 ਸਾਲ 1 ਪਹਿਲਾਂ ਅਤੇ ਪੌੜੀਆਂ ਸਾਫ਼ ਕੀਤੀਆਂ ਇੱਥੇ ਪੂਰੀਆਂ ਇੰਨੀ ਚਲੋ ਬੱਲੇ ਬੱਲੇ ਮੰਦਰ ਟਾਇਲ ਵੀ ਅੱਜ ਮਾਰੇ ਹੈ ਕੀ ਖਿਆਲ ਤੁਹਾਡਾ ਬਿਲਕੁਲ ਜਨਾਬ ਬੜੀ ਖੁਸ਼ੀ ਹੈ ਬੜੀ ਖੁਸ਼ੀ ਹੈ ਅਸੀਂ ਕਿ ਟਾਇਲ ਪਈ ਹੈ ਮੰਦਰ ਅਤੇ ਅਤੇ ਗਾਇਜ਼ ਅਸੀਂ ਲੱਭੀ ਆਪਣੇ ਪੱਲਣੇ ਦੇ ਇੱਕ ਹੋਰ ਭਰਾ ਅਤੇ ਭਰਾ ਜੀ ਸ਼ਹਿਰ ਦੇ ਕੋਈ ਨਵੀਂ ਤਾਜ਼ੀ ਗੱਪ ਸ਼ਹਿਰ ਦੀ ਇਸ ਲਈ ਤਾਂ ਗਰਮੀ ਜਾਣਾ ਚਾਹੀਦਾ ਸ਼ਹਿਰ ਹੈ ਸ਼ਹਿਰ ਤਾਂ ਬੁਰਾ ਹਾਲ ਹੈ ਆਪਣਾ ਇਲਾਕਾ ਜਿਹੜਾ ਆਪਣਾ ਜੰਮੂ ਕਸ਼ਮੀਰ ਹੈ ਅਤੇ ਪਹਾੜੀ ਇਲਾਕਾ ਸਾਰਾ ਬੈਸਟ ਹੈ ਆਪਣਾ ਬਲੌਰ ਸਾਰਾ ਬੈਸਟ ਹੈ ਬਲਾਵਰ ਜਿਹੜਾ ਸਾਰਾ ਬੜਾ ਸਹੀ ਵਾਤਾਵਰਨ ਹੈ ਬਲੌਰ ਬਲੌਰ ਬਣੀ ਮਸ਼ੀਦੀ ਕਹਿਣ ਲੱਗ ਕੇ ਨਹੀਂ ਨਹੀਂ ਇੱਕ ਹੋਰ ਗੱਲ ਪੁੱਛੋ ਕਿ ਇਹ ਮਾਤਾ ਦੇ ਗਹਿਰੇ ਉੱਥੇ ਤੁਸੀਂ ਗਹਿਰੇ ਮਾਤਾ ਦੇ ਉੱਪਰ ਮਾਰਾ ਹੈ ਮਾਤਾ ਕੱਲ੍ਹ ਹੈ ਅੰਮ੍ਰਿਤਵਾਰ ਹਾਂ ਗਹਿਰੇ ਹੋ ਕਿੰਨੇ ਵਾਰੀ ਗਹਿਰੇ ਹੋ ਕੋਈ 1-2 ਵਾਰੀ ਗਹਿਰੇ ਨਾ ਹੈ ਬਈਆਂ ਲੋਕਲ ਹੀ ਹੋ ਲੋਕਲ ਹੀ ਇੱਕ ਦੋ ਵਾਰੀ ਗਏ ਤੁਸੀਂ ਰੋਜ਼ ਜਾਓ ਉੱਥੇ ਵਾ ਟਾਈਮ ਲੱਗਦਾ ਉਹ ਤਾਂ ਹੈ ਜੀ ਬਾਕੀ ਦੂਰ ਦਾ ਘਰ ਦਾ ਮਥਾੜੇ ਕੋ ਨਾ ਜੈ ਮਾਤਾ ਦੀ ਜੈ ਮਾਤਾ ਦੀ ਹੁਣ ਇੱਥੇ ਜ਼ਰੂਰ ਜਾਣਾ ਉੱਥੇ ਚੁਣਨੀਆਂ ਲੱਗ ਗਈਆਂ ਪਹਿਲਾਂ ਹੁੰਦੇ ਹੈ ਜੱਗ ਸ਼ੱਗ ਹੁੰਦਾ ਉੱਥੇ ਜਿੱਥੇ ਪਹਿਲਾਂ ਹਾਂ ਰਾਤ ਜਲਦੀ ਕਰਾਂ ਅੱਜ ਕੱਲ੍ਹ ਕੋਈ ਕਰਦਾ ਨਹੀਂ ਉੱਥੇ ਜੱਗ ਸ਼ੱਗ ਕੋਈ ਕੱਖ ਨਹੀਂ ਕੋਈ ਭੰਡਾਰਾ ਨਹੀਂ ਕਿਸ ਨੇ